ਕੁਝ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਤੋਂ ਸਮਝਦੇ ਨੇ, ਕੁਝ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਤੋਂ ਸਮਝਦੇ ਨੇ, ਕੁਝ ਹੱਥ ਮਿਲਾਉਣ ਦੇ ਅੰਦਾਜ਼ ਤੋਂ ਸਮਝਦੇ ਨੇ। ਕਈਆਂ ਨੂੰ ਮਿਲਣਾ ਪੈਂਦਾ ਹੈ ਗੱਲ ਲੱਗ ਕੇ, ਕਈਆਂ ਨੂੰ ਮਿਲਣਾ ਪੈਂਦਾ ਹੈ ਗੱਲ ਲੱਗ ਕੇ, ਬਸ ਦਿਲਾਂ ਦੇ ਜਾਨ ਹੀ ਅੱਖਾਂ ਦੇ ਸਲਾਮ ਸਮਝਦੇ ਨੇ। ਤੇ ਇੱਕ ਨੈਕਸਟ ਸ਼ਾਇਰੀ ਪੇਸ਼ ਕਰਾਂਗੇ ਕਿ ਤੇਰੀ ਸਭ ਅਰਜ਼ੀਆਂ ਹੀ ਫਰਜ਼ੀ ਨਿਕਲੀ, ਤੇਰੀ ਸਭ ਅਰਜ਼ੀਆਂ ਹੀ ਫਰਜ਼ੀ ਨਿਕਲੀ ਤੇ ਫਿਰ ਕਹਿੰਦਾ ਹੈ ਖੁਦਾ ਦੀ ਮਰਜ਼ੀ ਨਿਕਲੀ। ਤੇਰੀ ਸਭ ਅਰਜ਼ੀਆਂ ਹੀ ਫਰਜ਼ੀ ਨਿਕਲੀ ਫਿਰ ਕਹਿੰਦਾ ਹੈ ਖੁਦਾ ਦੀ ਮਰਜ਼ੀ ਨਿਕਲੀ, ਹਰ ਹਸੀਨ ਚਿਹਰੇ ਨੂੰ ਦੇਖ ਕੇ ਹਾਰ ਜਾਂਦਾ ਹੈ ਦਿਲ, ਵਾਹ ਤੇਰੀ ਮੁਹੱਬਤ ਇੰਨੀ ਸਸਤੀ ਨਿਕਲੀ। ਤੇ ਮੈਂ ਇੱਕ ਸ਼ਾਇਰੀ ਲਿਖੀ ਸੀ, ਐਕਚੁਅਲੀ ਇਹ ਸ਼ਾਇਰੀ ਲਿਖੀ ਸੀ ਕੁੜੀਆਂ ਵੱਲੋਂ, ਇਹਦਾ ਅਨੁਵਾਦ ਹੈ ਬੇਲਿਬਾਸ, ਕਿ ਆਪਣੀ ਮੁਹੱਬਤ ਦਾ ਔਰ ਵੀ ਸ਼ਿੱਦਤ ਨਾਲ ਇਜ਼ਹਾਰ ਕਰਨ ਲੱਗਾ, ਆਪਣੀ ਮੁਹੱਬਤ ਦਾ ਔਰ ਵੀ ਸ਼ਿੱਦਤ ਨਾਲ ਇਜ਼ਹਾਰ ਕਰਨ ਲੱਗਾ, ਹੌਲੇ ਹੌਲੇ ਜਿਹਾ ਸ਼ਖਸ ਮੈਨੂੰ ਬੇਲਿਬਾਸ ਕਰਨ ਲੱਗਾ। ਕਿ ਉਹ ਕਹਿੰਦਾ ਸੀ ਇਹ ਵੀ ਪਹਿਲੂ ਹੈ ਮੁਹੱਬਤ ਦਾ, ਉਹ ਕਹਿੰਦਾ ਸੀ ਕਿ ਇਹ ਵੀ ਪਹਿਲੂ ਹੈ ਮੁਹੱਬਤ ਦਾ, ਮੇਰੇ ਕੋਰੇ ਕਾਗਜ਼ ਦੀ ਜ਼ਿੰਦਗੀ ਨੂੰ ਰੰਗਦਾਰ ਕਰਨ ਲੱਗਾ, ਹੌਲੇ ਹੌਲੇ ਉਹ ਸ਼ਖਸ ਮੈਨੂੰ ਬੇਲਿਬਾਸ ਕਰਨ ਲੱਗਾ। ਹੁਣ ਡਰ ਹੈ ਮੈਨੂੰ ਕਿ ਕਿੱਥੇ ਛੱਡ ਨਾ ਜਾਵੇ, ਹੁਣ ਡਰ ਹੈ ਮੈਨੂੰ ਕਿ ਕਿੱਥੇ ਛੱਡ ਨਾ ਜਾਵੇ, ਦੂਰ ਜਾਣ ਦੀਆਂ ਗੱਲਾਂ ਉਹ ਬਾਰ ਬਾਰ ਕਰਨ ਲੱਗਾ, ਹੌਲੇ ਹੌਲੇ ਸ਼ਖਸ ਮੈਨੂੰ ਬੇਲਿਬਾਸ ਕਰਨ ਲੱਗਾ। ਕੱਚੀ ਕਲਮ ਹੈ ਮੇਰੀ ਕੱਚੇ ਅਲਫਾਜ਼ ਲਿਖਦਾ ਹਾਂ, ਕੱਚੀ ਕਲਮ ਹੈ ਮੇਰੀ ਕੱਚੇ ਅਲਫਾਜ਼ ਲਿਖਦਾ ਹਾਂ, ਮੈਂ ਕੱਚਾ ਜਿਹਾ ਸ਼ਾਇਰ ਹਾਂ ਕੱਚੇ ਅਹਿਸਾਸ ਲਿਖਦਾ ਹਾਂ, ਕੱਚੀ ਨੀਂਦਰੇ ਉੱਠ ਜਾਂਦਾ ਹਾਂ ਕੁਝ ਕੱਚੇ ਸੁਪਨੇ ਜੋੜਨ ਲਈ, ਕੱਚੀ ਨੀਂਦਰੇ ਉੱਠ ਜਾਂਦਾ ਹਾਂ ਕੁਝ ਕੱਚੇ ਸੁਪਨੇ ਜੋੜਨ ਲਈ, ਮੈਂ ਆਪਣੇ ਕਿਸੇ ਕਹਾਣੀਆਂ ਚੋਂ ਹਰ ਗੱਲਬਾਤ ਲਿਖਦਾ ਹਾਂ, ਤੇ ਦਿਲ ਦੇ ਦਰਦਾਂ ਨੂੰ ਲਫ਼ਜ਼ਾਂ 'ਚ ਕਰ ਬਿਆਨ ਲਿਖਦਾ ਹਾਂ, ਮੈਂ ਜੋ ਵੀ ਲਿਖਦਾ ਹਾਂ ਬਸ ਉਹਦੇ ਨਾਮ ਲਿਖਦਾ ਹਾਂ, ਕਦੇ ਕਦੇ ਛਪਾਗੇ ਕਦੇ ਕਦੇ ਸ਼ਰਿਆਮ ਲਿਖਦਾ ਹਾਂ, ਉਹਦੇ ਨਾਮ ਦਾ ਪਹਿਲਾ ਅਕਸ਼ਰ ਆਪਣੇ ਹੱਥ 'ਤੇ ਕਈ ਵਾਰ ਲਿਖਦਾ ਹਾਂ, ਇਸ਼ਕ ਨੂੰ ਮੰਨਦਾ ਹਾਂ ਇਬਾਦਤ, ਇਸ਼ਕ ਨੂੰ ਮੰਨਦਾ ਹਾਂ ਇਬਾਦਤ, ਖੁਦਾ ਹੈ ਮੇਰਾ ਯਾਰ ਲਿਖਦਾ ਹਾਂ, ਮੈਂ ਕੱਚਾ ਜਿਹਾ ਸ਼ਾਇਰ ਹਾਂ ਕੱਚੇ ਅਲਫਾਜ਼ ਲਿਖਦਾ ਹਾਂ। ਅਤੇ ਇੱਕ ਸ਼ਾਇਰੀ ਬੋਲਾਂਗਾ, ਚਾਹ ਲੈਣਾ ਬੋਲਾਂਗਾ ਸ਼ਾਇਰਾਂ ਵਾਸਤੇ, ਕੋਈ ਬਹੁਤ ਲੋਕ ਬ੍ਰੇਕਅਪ 'ਤੇ ਲਿਖ ਰਹੇ ਨੇ ਅੱਜ ਕੱਲ੍ਹ, ਮੈਂ ਉਹਨਾਂ ਲਈ ਕੁਛ ਲਿਖਿਆ ਸੀ ਕਿ ਇਹ ਜੋ ਮੁਹੱਬਤ ਦੀ ਚਿਤਾ ਜਲਾ ਰਹੇ ਨੇ, ਇਹ ਜੋ ਮੁਹੱਬਤ ਦੀ ਚਿਤਾ ਜਲਾ ਰਹੇ ਨੇ, ਕਦੀ ਖੁਦ ਆਸ਼ਕ ਦੀ ਜੋ ਇਸ ਦੀ ਖਾਕ ਉਡਾ ਰਹੇ ਨੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ।